ਦਾ ਹੈਗਾ ਜਿਹਦਾ ਨਾਮ ਹੈ ਪ੍ਰਿੰਸ ਇਹ ਵੀ ਖੁੱਡੇ ਲਾਹੌਰੇ ਦਾ ਰਹਿਣ ਵਾਲਾ ਪਰ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਰਹਿ ਰਿਹਾ ਈਵਨ ਕਿ ਜਿਹੜਾ ਸੁਰਜੀਤ ਬੌਂਸਰ ਦਾ ਮਰਡਰ ਹੋਇਆ ਸੀ ਉਹਦੇ ਵਿੱਚ ਜਿਹੜੇ ਨੀਰਜ ਚਸਕਾ ਔਰ ਦੀਪਕ ਮਾਨ ਸੀ ਉਹ ਵੀ ਇੱਕ ਮੁੰਡਾ ਜਿਹੜਾ ਹੁਣ ਅਸੀਂ ਅਰੈਸਟ ਕੀਤਾ ਕਿੰਨੀ ਉਹਦੇ ਕੋਲ ਆ ਕੇ ਰਹੇ ਸੀਗੇ ਅਤੇ ਉਹਨਾਂ ਨੇ ਰੈਕੀ ਵਗੈਰਾ ਕਰਾਈ ਸੀ ਅਤੇ ਲੋਜਿਸਟਿਕ ਸਪੋਰਟ ਦਿੱਤੀ ਸੀ ਅਤੇ ਹੁਣ ਜਿਹੜਾ ਇੱਕ ਹੋਰ ਮੁੰਡਾ ਅਮਨ ਫੜਿਆ ਏਲੀਅਸ ਵਿੱਕੀ ਉਹਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਉਹਨਾਂ ਨੂੰ ਇਹ ਪੁੱਛ ਰਹੇ ਸੀਗੇ ਕਿ ਤੁਹਾਡਾ ਜੇ ਐਂਡ ਕੇ ਦੇ ਵਿੱਚ ਕੋਈ ਜਾਣ ਪਛਾਣ ਦਾ ਬੰਦਾ ਹੈ ਜੇ ਹੈ ਤਾਂ ਦੱਸੋ ਕਿਉਂਕਿ ਅਸੀਂ ਬੱਬੂ ਮਾਨ ਔਰ ਮਨਕੀਰਤ ਔਲਖ ਨੂੰ ਮਾਰਨ ਵਾਸਤੇ AK-47 ਉੱਥੇ ਮੁਹੱਈਆ ਕਰਾਉਣੀ ਹੈ ਕਿਸੇ ਨੂੰ ਤੋ ਜੋ ਇਹਨਾਂ ਨੇ ਮਨਾ ਕਰਤਾ ਵੀ ਸਾਡੇ ਕੋਲ ਇਹੋ ਜਿਹਾ ਕੋਈ ਬੰਦਾ ਨਹੀਂ ਤੇ ਹੁਣ ਮੁਹੱਈਆ ਕਰਾ ਚੁੱਕੇ ਨਹੀਂ ਕੋਈ ਨਹੀਂ ਉਹ ਇਹਨਾਂ ਨੇ ਪਹਿਲਾਂ ਹੀ ਮਨਾ ਕਰਤਾ ਇਹ ਡਰ ਕੇ ਇਹ ਗੱਲ ਸੁਣ ਕੇ ਕਹਿੰਦੇ ਨਹੀਂ ਸਾਡੇ ਕੋਲ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਹਥਿਆਰ ਵੀ ਬਰਾਮਦ ਹੋਏ ਪਿਛਲੇ ਦਿਨ ਚਾਰ ਹਥਿਆਰ ਇਹਨਾਂ ਤੋਂ ਬਰਾਮਦ ਹੋਏ ਹੈ ਔਰ ਪ੍ਰਿੰਸ ਨੇ ਇਹਨਾਂ ਨੂੰ ਇਹ ਗੱਲ ਦੱਸੀ ਹੈ ਕਿ ਸਾਡੇ 3 ਸਾਥੀ ਤੇਜੇ ਹਣੀ ਜਿਹੜੇ ਆ ਉਹ ਪੰਜਾਬ ਪੁਲਿਸ ਨਾਲ ਇਨਕਾਊਂਟਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਮੁਕੁਲ ਰਾਣਾ ਨੇ 3 ਵੈਪਨ ਉਸੇ ਦਿਨ ਜਿਸ ਦਿਨ ਉਹਨਾਂ ਦਾ ਇਨਕਾਊਂਟਰ ਹੋਇਆ ਉਹ ਸਪਲਾਈ ਕੀਤੀ।